ਮੇਰੇ ਸ਼ੁਰੂ ਤੋਂ ਹੀ ਤਾਂ ਮੰਨਣਾ ਕਿ ਹਰ ਲੜਕੀ ਜਿਹੜੀ ਹੈ ਉਹ ਸੈਲਫ ਕੌਨਫੀਡੈਂਟ ਹੋਵੇ ਔਰ ਉਹ ਹਮੇਸ਼ਾ ਕਿਸੇ ਨੂੰ ਦੇਣ ਦੇ ਕਾਬਿਲ ਹੋਵੇ ਨਾ ਕਿ ਕਿਸੇ ਕੋਲੋਂ ਮੰਗਣ ਦੇ ਕਾਬਿਲ ਹੋਵੇ। मैं हमेशा एक गल कहनी हूँ कि बच्चियों नू इन्ना कामयाब होना चाहिए कि वह अपने खर्चे ते तोर ही सकन, उहदे नाल नाल अपने परिवार अपने हसबेंड का जिहड़ा है वह सहारा बन सकन। लड़कियों नू आत्म निर्भर बनाउण दे लई सरकारा वल्लों कई प्रयास किए जा रहे हैं, लेकिन अज असी तुहानू जिस महिला नाल मिलाउण जा रहे हैं उस वल्लों एक अजिहा उपराला किया गया है जिस नाल महिलावां खुद आत्म निर्भर हो सकदियां ने। मेरे नाल इस वक्त आशा जी मौजूद ने। आशा जी, तुहाडे वल्लों किवें लड़कियों नू आत्म निर्भर बनाया जा रहा? साडी वूमेन वेलफेयर सोसाइटी दी मैं प्रेजिडेंट हाँ और असी अपना एक वोकेशनल ट्रेनिंग सेंटर खोले दा जिदे विच स्टूडेंट नू असी सिलाई कढ़ाई ब्यूटिशन दे कोर्स कंप्यूटर कोर्स ते इंटीरियर डेकोरेशन दा ना बहुत ही जिहड़े ग्रामीण और बेचारियां जरूरतमंद लड़कियां उन्हां वास्ते असी इह कोर्सेज कराने आ। और जिहड़ा इंटीरियर डेकोरेशन भी है साडा वो वेस्ट मटीरियल जिहड़ा ना उहदे नाल उह चीज़ां तैयार करा के ਅਤੇ ਅਸੀਂ ਕੋਸ਼ਿਸ਼ ਕਰਨੀ ਆ ਕਿ ਇਹਨਾਂ ਦੀ ਐਗਜੀਬਿਸ਼ਨ ਲਗਾਈ ਜਾਏ ਔਰ ਉਹ ਬੱਚਿਆਂ ਨੂੰ ਆਜੀਵਿਕਾ ਦਾ ਸਾਧਨ ਮਿਲ ਸਕੇ। ਔਰ 6 ਮਹੀਨੇ ਦੇ ਕੋਰਸ ਵਿੱਚ ਇਹ ਬੱਚੇ ਜਿਹੜੇ ਨੇ ਸਿੱਖ ਕੇ ਅਤੇ ਆਪਣੇ ਪੈਰਾਂ 'ਤੇ ਖੜੇ ਹੋ ਜਾਂਦੇ ਨੇ। ਕੁਛ ਬੱਚੇ ਬੁਟੀਕ ਜਾਂ ਪਾਰਲਰ 'ਚ ਜਾ ਕੇ ਲੱਗ ਜਾਂਦੀਆਂ ਨੇ, ਕੁਛ ਘਰੇਲੂ ਤੌਰ 'ਤੇ ਆਪਣਾ ਜਿਹੜਾ ਪਾਰਟ ਟਾਈਮ ਜੋਬ ਹੈ ਉਹ ਕਰ ਲੈਂਦੀਆਂ ਨੇ, ਔਰ ਘਰ ਘਰ ਜਾ ਕੇ ਬੱਚੇ ਜਿਹੜੇ ਨੇ ਆਪਣੇ ਘਰ ਵਾਲਿਆਂ ਦੇ ਨਾਲ ਆਪਣੇ ਪੈਰਾਂ 'ਤੇ ਖੜੇ ਹੋ ਕੇ ਅਤੇ ਆਪਣੇ ਘਰ ਵਾਲਿਆਂ ਦੇ ਸਹਾਰਾ ਬਣਦੀਆਂ ਨੇ। ਅਸੀਂ ਦੇਖਦੇ ਕੰਪਿਊਟਰ ਸੈਂਟਰ ਜਾਂ ਹੋਰ ਸਮਾਨ ਵੀ ਹੈਗਾ, ਕਾਫੀ ਕੰਪਿਊਟਰ ਪਏ ਹੈ, ਇਹ ਕਿੱਥੋਂ ਆਏ ਕੰਪਿਊਟਰ, ਕਿੱਦਾਂ ਤੁਸੀਂ ਇੱਥੇ ਪ੍ਰੋਵਾਈਡ ਕਰੋ? ਇਹ ਇੱਕ ਸ਼ੌਕ ਹੈ ਜੀ ਮੇਰਾ ਔਰ ਮੈਂ OLX ਤੋਂ ਟਾਈਮ ਟੂ ਟਾਈਮ ਮੈਂ ਆਪਣੀ ਬੱਚਤ ਦਾ ਜਿਹੜਾ ਵੀ ਹੈ ਨਾ ਮੈਂ ਕਿਸੇ ਮੰਦਿਰ 'ਚ ਨਹੀਂ ਚੜ੍ਹਾਉਂਦੀ। ਇਹ ਸ਼ੁਰੂ ਤੋਂ ਹੀ ਮੈਨੂੰ ਸੀ ਕਿ ਮੈਂ ਇਸ ਸੈਂਟਰ ਦੀ ਫੈਸਿਲਿਟੀਜ਼ ਵਾਸਤੇ ਸਲਾਨਾ ਜਿਹੜੀ ਮੇਰੀ ਬੱਚਤ ਹੁੰਦੀ ਹੈ ਹੋਰ ਲੜਕੀਆਂ ਵਾਸਤੇ ਮੈਂ ਲਗਾ ਦਿੰਦੀ ਹਾਂ। ਉਹ ਕੁਛ ਸਮਾਨ ਜਿਹੜਾ ਜਿਸ ਤਰ੍ਹਾਂ ਹੁਣ ਸਰਦੀਆਂ 'ਚ ਬੱਚਿਆਂ ਨੂੰ ਬਲੈਂਕਟ ਵਿਛਾ ਕੇ ਦਿੱਤੇ ਜਾਂਦੇ ਆ ਕਿ ਸਰਦੀ ਤੋਂ ਬਚ ਜਾਣ, ਗਰਮੀਆਂ ਵਿੱਚ ਉਹਨਾਂ ਨੂੰ ਅਸੀਂ ਵਾਟਰ ਕੂਲਰ ਲਗਾ ਕੇ ਦਿੰਦੇ ਹਾਂ, ਏਅਰ ਕੂਲਰ ਵੀ ਮੈਂ ਲੈ ਕੇ ਦਿੱਤਾ। ਫਿਰ ਪਿੱਛੇ ਵੀ ਮੇਰੇ ਹਸਬੈਂਡ ਨੇ ਥੋੜ੍ਹਾ ਕੰਟਰੀਬਿਊਟ ਕੀਤਾ ਆਪਣੇ ਉਹਦੀ ਬੱਚਤ ਵਿੱਚੋਂ, ਅਤੇ ਇਹਨਾਂ ਨੂੰ ਇਨਵਰਟਰ ਵੀ ਅਸੀਂ ਲਗਾ ਦਿੱਤਾ ਕਿ ਗਰਮੀਆਂ 'ਚ ਬੱਚੇ ਜਿਹੜੇ ਆ ਉਹ ਗਰਮੀ ਤੋਂ ਨਿਜਾਤ ਪਾ ਸਕਣ। ਸ਼ੁਰੂਆਤ ਇਸ ਸੈਂਟਰ ਦੀ ਕਦੋਂ ਤੁਸੀਂ ਕੀਤੀ ਜਾਂ ਕਦੋਂ ਇਸ ਲਾਈਨ ਦੇ ਵਿੱਚ ਆਏ? ਮੈਂ ਜਦੋਂ ਪਲੱਸ ਟੂ ਪਾਸ ਕੀਤੀ ਸੀ ਅਤੇ ਮੈਂ ਸ਼ੋਰਟ ਕੋਰਸ ਕੀਤਾ ਸੀ ਆਪਣਾ ਸੈਲਫ ਗਲੂਮਿੰਗ ਕੋਰਸ ਕੀਤਾ ਸੀ, ਅਤੇ ਲੋਕ ਹੀ ਕਹਿੰਦੇ ਸੀ ਕਿ ਤੁਹਾਡੇ ਹੱਥ 'ਚ ਸਫਾਈ ਹੈ ਅਤੇ ਤੁਸੀਂ ਇਹਨੂੰ ਪ੍ਰੋਫੈਸ਼ਨਲ ਕੋਰਸ ਕਿਉਂ ਨਹੀਂ ਕਰਦੇ? ਅਤੇ ਮੈਂ ਨਾ ਉਦੋਂ ਆਪ ਇੱਕ ਛੋਟਾ ਜਿਹਾ ਮੇਰੇ ਪੇਰੈਂਟਲ ਰੂਮ, ਸਾਰਿਆਂ ਨੂੰ ਪਤਾ ਰਾਮਲੀਲਾ ਗਰਾਊਂਡ ਮੇਰੇ ਪੇਰੈਂਟਲ ਹਾਊਸ ਹੈ, ਅਤੇ ਉੱਥੇ ਇੱਕ ਛੋਟਾ ਜਿਹਾ ਕਮਰਾ ਹੁੰਦਾ ਸੀ ਜਿਹਦੇ ਵਿੱਚ 3-4-5 ਲੜਕੀਆਂ ਜਿਹੜੀਆਂ ਆ ਕੇ ਮੇਰੇ ਕੋਲ ਸਿੱਖਦੀਆਂ ਹੁੰਦੀਆਂ ਸੀ ਪ੍ਰਾਈਵੇਟ ਤੌਰ 'ਤੇ, ਅਤੇ ਸ਼ੌਕੀਆ ਤੌਰ 'ਤੇ ਉਹਨਾਂ ਨੂੰ ਸਿਖਾਉਣਾ ਸ਼ੁਰੂ ਕੀਤਾ, ਅੱਛਾ ਲੱਗਾ। ਅਤੇ ਉਹ ਜਿਹੜਾ ਸਿਲਸਿਲਾ ਸ਼ਾਦੀ ਤੋਂ ਬਾਅਦ ਵੀ ਰਿਹਾ, ਈਵਨ ਮੇਰੇ ਹਸਬੈਂਡ ਮਨਾ ਵੀ ਕਰਦੇ ਰਿਹਾ ਕਿ ਤੂੰ ਕਿਉਂ ਟਾਈਮ ਆਪਣਾ ਜਿਹੜਾ ਘਰ ਦਾ ਟਾਈਮ ਦਿੰਦੀ ਹੈ, ਪਰ ਮੈਨੂੰ ਲੱਗਦਾ ਸੀ ਕਿ ਮੈਂ ਖਾਣਾ ਬਣਾਉਣ ਤੋਂ ਬਾਅਦ ਫ੍ਰੀ ਹਾਂ ਅਤੇ ਕਿਉਂ ਨਾ ਮੈਂ ਕਿਸੇ ਦੇ ਕੰਮ ਆਵਾਂ। ਔਰਤਾਂ ਜਿਹੜੀਆਂ ਉਹ ਕਈ ਵਾਰੀ ਗੌਸਿਪ 'ਚ ਟਾਈਮ ਵੇਸਟ ਕਰਦੀਆਂ, ਅਤੇ ਮੈਨੂੰ ਲੱਗਦਾ ਹੈ ਕਿ ਸਿਰਜਣ 'ਚ ਅਗਰ ਅਸੀਂ ਟਾਈਮ ਲਗਾਈਏ ਤਾਂ ਕਿਸੇ ਦੇ ਕੰਮ ਆ ਸਕਦੇ ਹਾਂ। ਬੱਚੇ ਕਾਫੀ ਆਉਂਦੇ ਆ ਇੱਥੇ, ਇਹ ਕਿਹੜੇ ਬੱਚੇ ਨੇ? ਇਹ ਜ਼ਰੂਰਤਮੰਦ ਪਰਿਵਾਰਾਂ ਵਾਲੇ ਆ ਜਾਂ ਕੋਈ ਵੀ ਇਸ ਨੂੰ ਅਪਲਾਈ ਕਰ ਸਕਦਾ? ਬਿਲਕੁਲ ਜੀ, ਇਹ ਜ਼ਰੂਰਤਮੰਦ ਲੜਕੀਆਂ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ ਔਰ ਅਸੀਂ ਕੋਈ ਵੀ ਐਡ ਨਹੀਂ ਕਰਦੇ। ਤੁਸੀਂ ਦੇਖਿਆ ਹੋਵੇਗਾ ਕੋਈ ਅਨਾਊਂਸਮੈਂਟ ਨਹੀਂ ਹੈ, ਕੋਈ ਪੈਂਫਲੈਟ ਨਹੀਂ ਅਸੀਂ ਛਪਾਉਂਦੇ, ਸਾਡਾ ਮੈਸੇਜ ਬੱਚੇ ਹੀ ਨੇ। ਅਗਰ ਇਹਨਾਂ ਨੂੰ ਕੁਛ ਅੱਛਾ ਸਿੱਖਣ ਨੂੰ ਮਿਲਦਾ ਤਾਂ ਇਹੀ ਸਾਡੇ ਮੈਸੇਂਜਰ ਬਣ ਕੇ ਜਿਹੜੇ ਆ ਅੱਗੇ ਆਪਣੀਆਂ। ਔਰ ਤੁਸੀਂ ਬੜੀ ਹੈਰਾਨਗੀ ਦੀ ਗੱਲ ਹੈ ਕਿ ਇਹ ਸਾਡੇ ਸੈਂਟਰ 'ਚੋਂ ਮਦਰ ਵੀ ਸਿੱਖ ਕੇ ਗਈ, ਬੇਟੀ ਵੀ ਸਿੱਖ ਕੇ ਗਈ, ਅਤੇ 3-3 ਭੈਣਾਂ ਜਿਹੜੀਆਂ, ਇੱਕ ਪਹਿਲੇ ਵੱਡੀ ਸਿਸਟਰ ਸਿੱਖ ਕੇ ਜਾਂਦੀ ਹੈ ਫਿਰ ਛੋਟੀ ਸਿੱਖ ਕੇ ਜਾਂਦੀ ਹੈ, ਔਰ ਕਾਫੀ ਫਾਇਦਾ ਲੋਕ ਲੈ ਰਹੇ ਨੇ ਇਸ ਚੀਜ਼ ਦਾ। ਚਾਹੁੰਦੇ ਕੀ ਆ ਆਸ਼ਾ ਭਗਤ, ਕੀ ਚਾਹੁੰਦੀ ਹੈ ਇਸ ਸੈਂਟਰ ਦੇ ਮਾਧਿਅਮ ਰਾਹੀਂ? ਮੈਂ ਇਹੀ ਚਾਹੁੰਦੀ ਹਾਂ, ਮੇਰੇ ਸ਼ੁਰੂ ਤੋਂ ਹੀ ਤਾਂ ਮੰਨਣਾ ਕਿ ਹਰ ਲੜਕੀ ਜਿਹੜੀ ਹੈ ਉਹ ਸੈਲਫ ਕੌਨਫੀਡੈਂਟ ਹੋਵੇ ਔਰ ਉਹ ਹਮੇਸ਼ਾ ਕਿਸੇ ਨੂੰ ਦੇਣ ਦੇ ਕਾਬਿਲ ਹੋਵੇ ਨਾ ਕਿ ਕਿਸੇ ਕੋਲੋਂ ਮੰਗਣ ਦੇ ਕਾਬਿਲ ਹੋਵੇ। ਇੱਕ ਪੇਰੈਂਟ ਜਿਹੜੇ ਨੇ ਆਪਣੀ ਬੱਚੀ ਨੂੰ ਜੇ ਅਗਰ ਗੱਡੀ ਤੱਕ ਵੀ ਦਾਜ 'ਚ ਦੇ ਦਿੰਦੇ ਨੇ ਨਾ,
ਅਤੇ ਫਿਰ ਵੀ ਉਹ ਜਿਹੜੀ ਲੜਕੀ ਹੈ ਉਹ ਡਿਪੈਂਡੈਂਟ ਰਹਿੰਦੀ ਹੈ ਆਪਣੇ ਹਸਬੈਂਡ ਦੀ ਸੈਲਰੀ 'ਚੋਂ ਜਾਂ ਆਪਣੇ ਹਸਬੈਂਡ ਦੀ ਕਮਾਈ 'ਚੋਂ ਉਹ ਆਪਣੇ ਖਰਚੇ ਜਿਹੜੇ ਆ ਉਹਦੇ 'ਤੇ ਮੁਹਤਾਜ ਰਹਿੰਦੀ ਹੈ। ਅਤੇ ਮੈਂ ਹਮੇਸ਼ਾ ਇੱਕੋ ਗੱਲ ਕਹਿੰਦੀ ਹਾਂ ਕਿ ਬੱਚੀਆਂ ਨੂੰ ਇੰਨਾ ਕੁ ਕਾਮਯਾਬ ਹੋਣਾ ਚਾਹੀਦਾ ਕਿ ਉਹ ਆਪਣੇ ਖਰਚੇ 'ਤੇ ਤੋਰ ਹੀ ਸਕਣ, ਉਹਦੇ ਨਾਲ ਨਾਲ ਆਪਣੇ ਪਰਿਵਾਰ ਆਪਣੇ ਹਸਬੈਂਡ ਦਾ ਜਿਹੜਾ ਹੈ ਉਹ ਸਹਾਰਾ ਬਣ ਸਕਣ। ਅੱਜ ਟਾਈਮ ਇਹੋ ਜਿਹਾ ਕਿ ਜਿੰਨੇ ਕਮਾਉਣਗੇ ਉਨਾ ਜ਼ਿਆਦਾ ਵਧੀਆ ਰਹੇਗਾ ਔਰ ਆਉਣ ਵਾਲੀ ਜਿਹੜੀ ਉਹਨਾਂ ਦੀ ਟਾਈਮ ਹੈ ਉਹ ਵਧੀਆ ਤਰੀਕੇ ਨਾਲ ਗੁਜ਼ਰੇਗਾ ਅਤੇ ਇੱਕ ਸਮਾਜ 'ਚ ਆਪਣੇ ਉਹਨਾਂ ਦੇ ਮਾਂ ਬਾਪ ਦਾ ਨਾਮ ਰੋਸ਼ਨ ਹੋਏਗਾ, ਉਹਨਾਂ ਦੇ ਸਸੁਰਾਲ ਦਾ ਨਾਮ ਰੋਸ਼ਨ ਹੋਏਗਾ ਕਿ ਸਾਡੀ ਬੱਚੀ ਜਿਹੜੀ ਹੈ ਸਾਡੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਕੰਮ ਕਰ ਰਹੀ ਹੈ। ਬਿਲਕੁਲ ਇਸ ਹਨ ਸਾਡੇ ਨਾਲ ਆਸ਼ਾ ਭਗਤ ਜਿਹੜੀ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਆਪਣਾ ਵਿਸ਼ੇਸ਼ ਯੋਗਦਾਨ ਦੇ ਰਹੀ ਹੈ। ਉਹਨੇ ਕਿਹਾ ਹੈ ਕਿ ਇੱਥੋਂ ਸੈਂਟਰ ਤੋਂ ਸਿੱਖੀਆਂ ਹੋਈਆਂ ਲੜਕੀਆਂ ਆਪਣਾ ਕਾਰੋਬਾਰ ਕਰ ਸਕਦੀਆਂ ਨੇ ਅਤੇ ਖੁਦ ਆਤਮ ਨਿਰਭਰ ਹੋ ਸਕਦੀਆਂ ਨੇ। ਪਠਾਨਕੋਟ ਤੋਂ ਜਤਿਨ ਸ਼ਰਮਾ, ਨਿਊਜ਼ 18 ਪੰਜਾਬ।